मेरा नाम हरसिमरन सिंह सोढी खत्तर कपूर है जी। मैं आर सी एफ का रहने वाला हाँ जी। तो मेरे नाल ही आया सीगा जी, ये कहिंदा भी कौन मैनू कौन आया जी? मेरे ना धीरज आया सीगा जी, धीरज नाम का मुंडा ये मैनू। दोस्त आ हाँ जी दोस्त आ जी, मतलब यदा डैडी मतलब साडे स्कूले नौकरी करता, नाइट ड्यूटी ते आ सिक्योरिटी गार्ड। केड़े स्कूले? हर कृष्ण पब्लिक स्कूल आर सी एफ का आया जी। ये ਤੇ ਇਹ ਉੱਥੇ ਸਕੂਲ ਦੇ ਵਿੱਚ ਹੀ ਰਹਿੰਦੇ ਆ ਜੀ, ਇਹਦੇ ਡੈਡੀ ਮੰਮੀ ਸਾਰੇ ਕੋਲ ਪਰਿਵਾਰ ਹੀ ਉੱਥੇ। ਇਹਦੀ ਉਮਰ ਦਾ ਜੀ ਮੇਰੇ ਤੋਂ ਵੱਡਾ ਹੀ ਆ ਜੀ, ਮੈਂ 16 ਦਾ ਆ ਜੀ, ਮੇਰੇ ਤੋਂ ਵੱਡਾ ਹੀ ਸੀਗਾ। ਇਹਦਾ ਵਿਆਹ ਸੀਗਾ ਅਗਲੇ ਮਹੀਨੇ 14-15 ਦਾ। ਘਟਨਾ ਕੀ ਹੋਈ ਆ? ਤੇ ਇਹ ਆਇਆ ਮੈਨੂੰ ਕਹਿੰਦਾ ਮੇਰੇ ਘਰੇ ਆਇਆ, ਕਹਿੰਦਾ ਆਪਾਂ ਮੈਨੂੰ ਨਾ ਉਹਨੇ ਸੁਲਤਾਨਪੁਰ ਤੋਂ ਤੋਰ ਕੇ ਭੇਜਿਆ ਵੀ, ਕਹਿੰਦਾ ਮੈਨੂੰ ਪੈਸੇ ਨਹੀਂ ਉਹਨਾਂ ਨੇ ਦਿੱਤੇ ਗਏ ਤੇ ਮੈਂ ਆ ਗਿਆ। ਕਹਿੰਦਾ ਮੈਨੂੰ ਊਟ ਪਟਾਂਗ ਜੇ ਬੋਲੇ ਆ ਤੇ ਕਹਿੰਦਾ ਆਪਾਂ ਪੈਸੇ ਲੈ ਕੇ ਆਉਣੇ ਉਹਨਾਂ ਕੋਲ। ਕਿਹਦੇ ਕੋਲੋਂ? ਇਹਦੇ ਠੇਕੇਦਾਰ ਕੋਲੋਂ। ਤੇ ਸੀਚੀਐਲ ਦੇ ਗੁਰਦੁਆਰੇ ਦੇ ਮਤਲਬ ਪਰਲੀ ਪਾਸੇ ਕੰਮ ਚੱਲਦਾ ਸੀ ਵੈਲਡਿੰਗ ਦਾ, ਉੱਥੇ ਕਹਿੰਦਾ ਠੇਕੇਦਾਰ, ਉੱਥੋਂ ਮਤਲਬ ਮੈਂ ਪੈਸੇ ਲੈ ਕੇ ਆਉਣੇ ਆ। ਪੈਸੇ ਲੈਣ ਆਇਆ ਸੀ, ਪਹਿਲਾਂ ਅਸੀਂ ਆਏ ਹਾਂ ਇਹ ਮੁੰਡੇ ਦੇ ਘਰੇ ਗਿਆ, ਜਿਹੜਾ ਮੇਰੇ ਨਾਲ ਦਾ ਮੁੰਡਾ ਸੀਗਾ ਮਤਲਬ ਉਹਦੇ ਘਰੇ ਗਿਆ। ਕਹਿੰਦਾ ਵੀ ਆਪਾਂ ਉਹਨੂੰ ਲੈ ਕੇ ਜਾਣਾ ਮੁੜ ਕੇ ਬਈ 'ਚ ਨਹਾਉਣਾ। ਮੈਂ ਕਿਹਾ ਮੇਰੇ ਕੋਲ ਨਹਾਣੀ ਹੋਣਾ, ਆਪਾਂ ਪਿੱਛੇ ਨਹਾਲਾਂਗੇ, ਉੱਥੇ ਸੰਗਲ ਲੱਗੇ ਹੋਏ ਆ, ਮਤਲਬ ਬੇਸ ਸਾਹਿਬ ਦੇ ਬੈਕ ਸਾਈਡ 'ਤੇ ਸੰਗਲ ਲੱਗੇ ਹੋਏ ਆ, ਉੱਥੇ ਨਹਾਲਾਂਗੇ। ਕਹਿੰਦਾ ਵੀ ਨਹੀਂ ਆਪਾਂ ਅੱਗੇ ਜਾਣਾ ਵਾ, ਅਸੀਂ ਪਾਣੀ ਪੂਣੀ ਉੱਥੋਂ ਮਤਲਬ ਪਿੱਛੋਂ ਪੀਤਾ ਪੀ ਕੇ ਅਸੀਂ ਗਾਂਹ ਤੁਰੇ ਆਏ। ਇਹ ਕਹਿੰਦਾ ਹੋਰ ਗਾਂਹ ਜਾਣਾ। ਇੱਥੇ ਆਇਆ ਮੈਂ ਮਤਲਬ ਕੱਪੜੇ ਕੁਪੜੇ ਅਸੀਂ ਤਿੰਨਾਂ ਨੇ ਲਾਏ, ਮੁੜ ਕੇ ਅਸੀਂ ਮੈਂ ਤਾਂ ਸਾਈਡ 'ਤੇ ਬਿਹਾ, ਮੈਨੂੰ ਤੈਰਨਾ ਨਹੀਂ ਆਉਂਦਾ ਜੀ, ਕਿਉਂਕਿ ਨਾ ਆਪਾਂ ਨੂੰ ਤੈਰਨਾ ਉਹਦਾ ਵਿੱਚ ਜਾਵਾਂਗੇ। ਮੈਂ ਪਹਿਲਾਂ ਵੀ ਇੱਕ ਵਾਰੀ ਡੁੱਬਣ ਲੱਗਾ ਸੀ, ਮੇਰੇ ਨਾਲ ਦੇ ਯਾਰ ਦੋਸਤਾਂ ਨੇ ਕੱਢ ਲਏ, ਮੈਂ ਘਰ ਦੇ ਨਾਲ ਸੀ ਮੇਰੇ। ਅਤੇ ਇਹ ਕਹਿੰਦਾ ਉਹ ਇੱਕ ਮੁੰਡਾ ਮੇਰੇ ਨਾਲ ਦਾ ਸੀਗਾ, ਉਹ ਕਹਿੰਦਾ ਮੈਂ ਉਹ ਚਲ ਗਿਆ ਪਰਲੇ ਸਾਈਡ, ਉਹ ਗਾਂਹ ਜਾ ਕੇ ਉਹ ਉੱਥੇ ਮਾੜਾ ਜਿਹਾ ਗਿਆ, ਕਹਿੰਦਾ ਮੈਂ ਉੱਧਰੋਂ ਆਉਂਦਾ ਵਾਂ। ਅਤੇ ਉਦੋਂ ਬਾਅਦ ਇਹਨੇ ਕਿਹਾ ਵੀ ਮੈਂ ਵੀ ਜਾਣਾ, ਕਹਿੰਦਾ ਜੇ ਉਹ ਜਾ ਸਕਦਾ ਮੈਂ ਵੀ ਜਾ ਸਕਦਾ, ਇੰਨਾ ਡੂੰਘਾ ਨਹੀਂ ਹੋਣਾ ਜੇ ਉਹ ਚਲ ਗਿਆ ਵਾ ਤਾਂ। ਉਹ ਤਾਂ ਕਹਿੰਦਾ ਇੱਦਾਂ ਮਤਲਬ ਪ੍ਰੋਬਲਮ ਉਹਨੂੰ ਕੋਈ ਮਤਲਬ ਸਾਈਡ ਦੀ, ਇਹ ਚਲ ਗਿਆ ਕਹਿੰਦਾ ਮੈਂ ਜਾਣਾ ਪਰਲੀ ਸਾਈਡ ਵੀ, ਮੈਂ ਜਾ ਕੇ ਆਉਣਾ। ਇਹ ਥੋੜ੍ਹਾ ਜਿਹਾ ਮਤਲਬ ਅੱਧ ਤੋਂ ਥੋੜ੍ਹਾ ਜਿਹਾ ਪਿੱਛੇ ਹੀ ਰਹਿ ਗਿਆ ਇਹ, ਕਹਿੰਦਾ ਮੈਂ ਜਾਣਾ ਮੈਂ ਜਾ ਕੇ ਆਉਣਾ। ਮੈਂ ਕਿਹਾ ਮੈਂ ਮੇਰੇ ਕੋਲ ਤਿਆਰ ਨਹੀਂ ਹੁੰਦਾ ਵੀ ਤੂੰ ਕੋਈ ਗੱਲਬਾਤ ਹੋ ਗਈ, ਮੈਂ ਨਹੀਂ ਬਚਾ ਸਕਦਾ ਵੀ ਔਖਾ ਜਾਣਾ ਮੁੜ ਕੇ। ਅਤੇ ਇਹ ਵਿੱਚ ਜੇ ਗਿਆ ਅਤੇ ਇਹਨੇ ਨਾ ਇੱਦਾਂ ਮਤਲਬ ਸਾਈਡ 'ਤੇ ਕੰਧ ਜੀ ਬਣੀ ਆ ਉਹ ਗੋਲ ਗੋਲ ਵੱਟਿਆਂ ਦੀ, ਇਹਨੇ ਮਤਲਬ ਘੁੰਮਿਆ ਅਤੇ ਉਹਦੇ ਤੋਂ ਪੈਰ ਮਾਰ ਕੇ ਗਾਂਹ ਨੂੰ ਗਿਆ। ਅਤੇ ਗਾਂਹ ਨੂੰ ਗਿਆ ਸੀਗਾ ਵੀ ਚਲੋ ਆਉਂਦਾ ਹੋਊ ਤੈਰਨਾ ਤਾਂ ਹੀ ਇੱਦਾਂ ਗਿਆ ਵਾ, ਇਹ ਗਾਂਹ ਗਿਆ ਥੋੜ੍ਹਾ ਜਿਹਾ ਅਤੇ ਗਾਂਹ ਜਾ ਕੇ ਇਹ ਬਾਹਰ ਨਹੀਂ ਆਇਆ। ਅਤੇ ਮੇਰੇ ਹਿਸਾਬ ਨਾਲ 30-35 ਸੈਕਿੰਡ ਹੋਏ ਹੋਣੇ ਆ। ਮੈਂ ਮੁੰਡੇ ਨੂੰ ਆਵਾਜ਼ ਮਾਰੀ, ਉਹ ਪਰਿਓਂ ਆਇਆ ਭੱਜ ਕੇ, ਉਹਨੇ ਵਿੱਚੇ ਛਾਲ ਮਾਰਤੀ। ਉਦੋਂ ਬਾਅਦ ਇਹ ਕਹਿੰਦਾ ਮੈਂ ਲੱਭਣ ਨਹੀਂ ਡਿਆ, ਇਹਨੇ ਨਾਲ ਦੇ ਦੋ ਮੁੰਡਿਆਂ ਨੂੰ ਹੋਰ ਫੋਨ ਕੀਤਾ, ਉਹ ਆਏ ਵਿਚਾਰੇ, ਉਹਨਾਂ ਨੇ ਲੱਭਿਆ ਲੁੱਭਿਆ ਪਰ ਲੱਭਿਆ ਨਹੀਂ, ਮੁੜ ਕੇ ਹੁਣ ਤੁਹਾਡੇ ਸਾਹਮਣੇ ਬਾਕੀ ਆਏ ਹੋਏ। ਡੁੱਬਿਆ ਹੋ ਗਿਆ ਘੰਟਾ ਕੁ ਹੋ ਗਿਆ ਹੁਣ, ਹੁਣ ਤਾਈਂ ਟਾਈਮ ਤਾਂ ਜੀ ਪਤਾ ਨਹੀਂ ਮੈਨੂੰ ਕੀ ਘਟਨਾ ਹੋਈ। ਇੱਥੇ ਜਿੰਨਾ ਕੁ ਪਤਾ ਲੱਗਿਆ ਹੈਗਾ, ਇੱਕ ਧੀਰਜ ਨਾਂ ਦਾ ਲੜਕਾ ਹੈਗਾ, ਆਰ ਸੀ ਐਫ ਤੋਂ ਆਇਆ ਸੀਗਾ। ਉਹ ਇੱਥੇ ਨਹਾ ਰਹੇ ਸੀਗੇ, ਉਹਨੇ ਡੁਬਕੀ ਮਾਰੀ ਅਤੇ ਉਹ ਬਾਅਦ ਵਿੱਚ ਬਾਹਰ ਨਹੀਂ ਆਇਆ ਹੈਗਾ। ਕਿੰਨਾ ਕੁ ਸਮਾਂ ਹੋ ਗਿਆ ਸਰ? ਇਹਨੂੰ ਘੰਟਾ ਡੇਢ ਘੰਟਾ ਹੋ ਗਿਆ ਹੈਗਾ। ਅਸੀਂ ਆਪਣੇ ਲੈਵਲ 'ਤੇ ਥੋੜ੍ਹੇ ਜਿਹੇ ਬਗਾਏ ਆ ਡਰਾਈਵਰ, ਅਤੇ ਸੰਤ ਬਾਬਾ ਸੀਚੇਵਾਲ ਦੇ ਜਿਹੜੇ ਸੇਵਾਦਾਰ ਉਹ ਵੀ ਆਏ ਹੋਏ ਆ, ਅਤੇ ਕੋਸ਼ਿਸ਼ ਕਰ ਰਹੇ ਜੋ ਲੱਭ ਗਈ ਫਿਰ ਤੁਹਾਨੂੰ ਦੱਸਦੇ ਹਾਂ। ਐਸ ਡੀ ਆਰ ਐਫ ਦੀ ਟੀਮ ਆ ਰਹੀ ਆ, ਉੱਧਰ ਗੱਲ ਹੋਈ ਹੋਈ ਆ, ਅਤੇ ਜਦੋਂ ਆਉਂਦੀ ਆ ਫਿਰ ਕੰਮ ਕਰ ਰਹੇ ਹਾਂ, ਵਰਕਆਊਟ ਹੋ ਰਿਹਾ। ਕਿੰਨੇ ਕੁ ਨੌਜਵਾਨ ਸੀਗੇ ਸਾਰੇ? ਇਹ ਦੋ ਜਣੇ ਆਏ ਸੀਗੇ, ਅਤੇ ਉਹ ਇੱਕ ਤਾਂ ਇੱਥੇ ਹੀ ਹੈਗਾ, ਅਤੇ ਉਹਨੇ ਹੀ ਦੱਸਿਆ ਸੀਗਾ ਵੀ ਇਹ ਘਟਨਾ ਵਾਪਰੀ ਆ, ਅਤੇ ਉਹਦੇ ਹਿਸਾਬ ਨਾਲ ਹੁਣ ਲੱਭ ਰਹੇ ਹਾਂ, ਦੇਖਦੇ ਹਾਂ ਬਾਕੀ ਲੱਭੇਗਾ ਫਿਰ ਪਤਾ ਲੱਗੇਗਾ। ਕਹਿਣਾ ਚਾਹੁੰਦਾ ਵੀ ਬਹੁਤ ਹੀ ਮੰਦਭਾਗੀ, ਮੈਂ ਇੰਜੀਨੀਅਰ ਸੌਰਵ ਸਿੰਘ ਸੁਲਤਾਨਪੁਰ ਲੋਧੀ ਤੋਂ, ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਵਾਪਰੀ ਹੈਗੀ ਆ। ਰਾਮ ਪ੍ਰਕਾਸ਼ ਸਾਡੇ ਕੋਲ ਚੌਂਕੀਦਾਰ ਦੀ ਡਿਊਟੀ ਕਰਦਾ ਹੈਗਾ, ਇਹਦਾ ਬੇਟਾ ਆਪਦੇ ਦੋਸਤਾਂ ਨਾਲ ਸੁਲਤਾਨਪੁਰ ਇੱਥੇ ਕੰਮ 'ਤੇ ਆਉਂਦਾ ਸੀਗਾ। ਸੋ ਅੱਜ ਕਿਤੇ ਜੋ ਪਤਾ ਲੱਗਿਆ ਕਿ ਮੈਨੂੰ ਤਾਂ ਪ੍ਰੈਸ ਵਾਲਿਆਂ ਦੇ ਰਾਹੀਂ ਪਤਾ ਲੱਗਾ ਸਾਨੂੰ ਵੀ ਆਪਣੇ ਜਿਹੜਾ ਇਹ ਤੁਹਾਡੇ ਕੋਲ ਹੈਗਾ, ਅਤੇ ਇਸ ਤਰ੍ਹਾਂ ਉਹ ਲੜਕੇ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਆ। ਇੱਥੇ ਨਹਾਉਣ ਆਇਆ ਜਾਂ ਕਿਵੇਂ ਆਇਆ, ਕਿੰਨਾ ਹਾਲਾਤਾਂ ਜਾਏ, ਇਹ ਤਾਂ ਹੁਣ ਪਰਮਾਤਮਾ ਜਾਣਦਾ ਜਾਂ ਇਨਵੈਸਟੀਗੇਸ਼ਨ ਤੋਂ ਬਾਅਦ ਲੱਗੂਗਾ। ਪਰ ਸਾਡੀ ਐਡਮਿਨਿਸਟ੍ਰੇਸ਼ਨ ਤੋਂ ਮੰਗ ਹੈ, ਮੇਰੀ ਐਸ ਡੀ ਐਮ ਸਾਹਿਬ ਨਾਲ ਵੀ ਹੁਣੇ ਗੱਲ ਹੋਈ ਆ, ਡੀ ਸੀ ਸਾਹਿਬ ਨਾਲ ਵੀ ਹੋਈ ਆ, ਅਤੇ ਉਹਨਾਂ ਨੇ ਵਿਸ਼ਵਾਸ ਤਾਂ ਦਵਾਇਆ ਵੀ ਅਸੀਂ ਹੁਣੇ ਜਿਹੜੀ ਹੈਗੀ ਆ ਫੋਰਸ ਜਿਹੜੇ ਹੈਗੇ ਆ ਗੋਤਾਖੋਰ ਭੇਜ ਕੇ ਅਤੇ ਬੱਚੇ ਨੂੰ ਜਿਹੜਾ ਭਾਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਅਤੇ ਐਡਮਿਨਿਸਟ੍ਰੇਸ਼ਨ ਤੋਂ ਮੰਗ ਹੈ ਵੀ ਇਹ ਗਰੀਬ ਪਰਿਵਾਰ ਹੈਗੇ ਆ, ਇਹਨਾਂ ਨੇ ਬੱਚੇ ਦੀ ਸ਼ਾਦੀ ਰੱਖੀ ਸੀ ਅਗਲੇ ਮਹੀਨੇ ਦੀ 10 ਤਰੀਕ ਨੂੰ। ਬੜਾ ਹੀ ਮੰਦਭਾਗਾ ਜਿਹੜਾ ਘਟਨਾ ਵਾਪਰ ਗਈ ਆ, ਅਤੇ ਪਰਿਵਾਰ ਦੀ ਜਿਹੜੀ ਆ ਮਦਦ ਕਰਨ, ਜਿਹੜਾ ਉਹਨਾਂ ਦਾ ਬੱਚਾ ਹੈਗਾ ਛੇਤੀ ਤੋਂ ਛੇਤੀ ਜਿਹੜਾ ਐਡਮਿਨਿਸਟ੍ਰੇਸ਼ਨ ਲੱਭ ਕੇ ਜਿਹੜਾ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰੇ ਜਿਹੜਾ ਜੀ। ਇਹ ਬੇਨਤੀ ਹੈਗੀ ਆ ਐਡਮਿਨਿਸਟ੍ਰੇਸ਼ਨ ਨੂੰ। ਸੁਬਾਹ ਆਇਆ ਸੀ ਮਿਸਤਰੀ ਕੇ ਕੰਮ ਕਰਨ ਵਾਸਤੇ ਲੇਬਰ ਧੀਰਜ ਜੀ ਆਪਕਾ ਲੜਕਾ? ਹਾਂਜੀ ਸਰ, ਮੇਰਾ ਲੜਕਾ ਹੈ। ਤਾਂ ਲੇਬਰ ਕਾ ਕੰਮ ਕਰਨ ਆਇਆ ਸੀ ਸੁਲਤਾਨਪੁਰ ਮੇ, ਫਿਰ ਦੁਬਾਰਾ ਚਲਾ ਗਿਆ ਸੀ ਘਰ ਜੀ। ਤਾਂ ਮੈਂ ਉਸਸੇ ਪੁੱਛਾ ਮੈਂ ਕਿ ਕਹਾਂ ਜਾ ਰਿਹਾ, ਤਾਂ ਉਸਨੇ ਕੁਛ ਬਤਾਇਆ ਨਹੀਂ ਮੇਰੇ ਕੋ। ਫਿਰ ਚਲਾ ਆਇਆ ਤਾਂ ਮੈਂ ਸੋਚਿਆ ਕਿ ਕਹੀਂ ਗਿਆ ਹੋਗਾ ਸਰ, ਮੈਂ ਤਾਂ ਸਕੂਲੇ ਕੰਮ ਕਰਤਾ ਸੀ। ਤਾਂ ਮੈਂ ਕਿਹਾ ਰੋਜ਼ ਤਵਾਈ ਜਾਤਾ ਸੀ 9-10 ਵਜੇ ਤੱਕ ਦੀ,
नहीं सर, पता नहीं मेरे को, मैं तो स्कूल में रहा सर, मेरे को नहीं पता कि नहाने आया सी, कहाँ आया सी सर जी। प्रशासन से क्या मांग कर रहे? हाँ जी सर, प्रशासन से क्या मांग करते हैं आप? अगले महीने 10 तारीख को शादी भी रखा सी सर। प्रशासन से मांग क्या कर रहे हैं आप? कि मेरा लड़का मिल जाए सर। प्रशासन ढूंढने लगा है या नहीं अभी? अभी नहीं सर, अभी मिला ही नहीं सर।